ਚੰਡੀਗੜ੍ਹ ਪੰਜਾਬੀ ਮੰਚ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਪਹਿਲਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੇ ਲਈ ਅੱਜ 17 ਸੈਕਟਰ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਸ਼ਾ ਦੇ ਬਾਰੇ ਉਹ ਕੀ ਵਿਚਾਰ ਰੱਖਦੇ ਨੇ, ਕੀ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਤੋਂ ਖਤਰਾ ਹੈ ਜਾਂ ਉਹਨਾਂ ਦੀ ਮੁੱਖ ਮੰਗ ਕੀ ਹੈ। ਵਿਸ਼ਾਲ ਧਰਨਾ ਪੰਜਾਬੀ ਬੋਲੀ ਨੂੰ ਲੈ ਕੇ ਲੱਗਿਆ ਹੋਇਆ, ਆਖਿਰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਨੂੰ ਖਤਰਾ ਕੀ ਹੈ? ਨਹੀਂ, ਸਾਨੂੰ ਕਿਸੇ ਭਾਸ਼ਾ ਤੋਂ ਖਤਰਾ ਨਹੀਂ ਹੈ, ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਆਪਣੇ ਆਪ ਹਰੇਕ ਭਾਸ਼ਾ ਹਰੇਕ ਖਿੱਤੇ ਦੀ ਭਾਸ਼ਾ ਹੁੰਦੀ ਆ। ਜੇਕਰ ਇਹ ਖਿੱਤਾ ਪੰਜਾਬੀ ਖਿੱਤਾ ਹੈ ਤਾਂ ਇਹਦੀ ਪਹਿਲੀ ਬੋਲੀ ਪੰਜਾਬੀ ਹੋਣੀ ਚਾਹੀਦੀ ਆ। ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਪਹਿਲੀ ਭਾਸ਼ਾ ਪੰਜਾਬੀ ਕਰੋ, ਤੁਸੀਂ ਉਸ ਤੋਂ ਬਾਅਦ ਹਿੰਦੀ ਅੰਗਰੇਜ਼ੀ ਰੱਖਣੀਆਂ ਰੱਖੋ, ਪਰ ਚੰਡੀਗੜ੍ਹ ਭਾਰਤ ਦਾ ਹਿੱਸਾ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਵਿੱਚ 22 ਖੇਤਰੀ ਭਾਸ਼ਾਵਾਂ ਨੇ, ਉਹਨਾਂ 22 ਖੇਤਰੀ ਭਾਸ਼ਾ ਵਿੱਚ ਹਿੰਦੀ ਵੀ ਹੈ, ਉਰਦੂ ਵੀ ਹੈ, ਗੁਜਰਾਤੀ ਵੀ ਹੈ, ਮਰਾਠੀ ਵੀ ਹੈ, ਪੰਜਾਬੀ ਵੀ ਹੈ, ਪਰ ਅੰਗਰੇਜ਼ੀ ਨਹੀਂ ਹੈ। ਜਦੋਂ ਅੰਗਰੇਜ਼ੀ ਸਾਡੇ ਦੇਸ਼ ਦੀ ਸੰਵਿਧਾਨ ਦੀ ਭਾਸ਼ਾ ਨਹੀਂ ਹੈ, ਫਿਰ ਉਹ ਭਾਰਤ ਦੇ ਕਿਸੇ ਸੂਬੇ ਦੀ ਭਾਸ਼ਾ ਕਿਵੇਂ ਹੋ ਸਕਦੀ ਹੈ? ਸਾਡੀ ਇੰਨੀ ਕੁ ਲੜਾਈ ਹੈ ਕਿ ਜਾਂ ਤਾਂ ਕਹਿ ਦਿਓ ਕਿ ਚੰਡੀਗੜ੍ਹ ਭਾਰਤ 'ਚ ਨਹੀਂ ਹੈ, ਜਾਂ ਕਹਿ ਦਿਓ ਕਿ ਅੰਗਰੇਜ਼ੀ ਸਾਡੀ ਦੇਸ਼ ਦੀ ਭਾਸ਼ਾ। ਸੋ ਇਸ ਲਈ ਆਪਣੇ ਹੀ ਸੰਵਿਧਾਨ ਦੇ ਨਾਲ ਖਿਲਵਾੜ ਜਿਹੜਾ ਕੀਤਾ ਜਾ ਰਿਹਾ, ਸਾਡੀ ਲੜਾਈ ਉਹਦੇ ਖਿਲਾਫ ਹੈ। ਚੰਡੀਗੜ੍ਹ ਪੰਜਾਬੀ ਮੰਚ ਅੱਜ ਇਸ ਮੌਕੇ ਜਿਹੜਾ ਇਕੱਠ ਕੀਤਾ ਹੈ, ਜਿਹੜਾ ਅਸੀਂ ਰੋਸ ਪ੍ਰਦਰਸ਼ਨ ਹੈ, ਬੜਾ ਸ਼ਾਂਤਮਈ ਢੰਗ ਨਾਲ ਹੈ, ਅਤੇ ਇਸ ਦੇ ਵਿੱਚ ਅਸੀਂ ਇੱਕੋ ਇੱਕ ਅਪੀਲ ਆਪਣੇ ਇੱਥੋਂ ਦੇ ਪ੍ਰਸ਼ਾਸਕ ਨੂੰ, ਪੰਜਾਬ ਦੇ ਗਵਰਨਰ ਨੂੰ, ਚੰਡੀਗੜ੍ਹ ਦੇ ਸੰਸਦ ਮੈਂਬਰ ਬੀਬੀ ਕਰਨ ਖੇਰ ਨੂੰ ਕਿ ਅਸੀਂ ਆਪਣੇ ਸੰਵਿਧਾਨਕ ਹੱਕ ਦੀ ਮੰਗ ਕਰ ਰਹੇ ਹਾਂ। ਪੰਜਾਬ ਦੇ 28 ਪਿੰਡ ਉਜਾੜ ਕੇ ਤੁਸੀਂ ਇਹ ਸ਼ਹਿਰ ਵਸਾਇਆ, ਕਹਿ ਕੇ ਵਸਾਇਆ ਕਿ ਪੰਜਾਬ ਦੀ ਰਾਜਧਾਨੀ ਹੈ, ਅੱਜ ਇੱਥੋਂ ਨਾ ਇਹ ਰਾਜਧਾਨੀ ਰਹਿ ਰਹੀ ਹੈ। ਰਾਜਧਾਨੀ ਹੋਵੇ ਨਾ ਹੋਵੇ ਸਵਾਲ ਵੱਖਰਾ, ਪਰ ਇਹ ਖਿੱਤੇ ਦੀ ਬੋਲੀ ਪੰਜਾਬੀ ਸੀ ਤਾਂ ਉਹਦੀ ਬੋਲੀ ਅੰਗਰੇਜ਼ੀ ਕਿਵੇਂ ਕਰਤੀ ਰਾਤੋ ਰਾਤ? 1 ਨਵੰਬਰ 1966 ਤੋਂ ਇੱਕ ਰਾਤ ਪਹਿਲਾਂ ਜਦੋਂ ਪੰਜਾਬੀ ਸੀ ਤਾਂ 1 ਨਵੰਬਰ 1966 ਨੂੰ ਦਿਨ ਚੜ੍ਹਦੇ ਨੂੰ ਕਿਵੇਂ ਅੰਗਰੇਜ਼ੀ ਭਾਸ਼ਾ ਬਣ ਗਈ? ਸਾਡਾ ਸਵਾਲ ਇਹ ਹੈ ਅਤੇ ਜਦੋਂ ਤੱਕ ਇੱਥੇ ਸਰਕਾਰੀ ਭਾਸ਼ਾ ਪਹਿਲੀ ਭਾਸ਼ਾ ਪੰਜਾਬੀ ਨਹੀਂ ਹੁੰਦੀ ਤਦ ਤੱਕ ਸੰਘਰਸ਼ ਕਰਾਂਗੇ ਜੀ। ਅੱਛਾ, ਤੁਹਾਡੇ ਆਪਣੇ ਸੰਘਰਸ਼ ਤੋਂ ਜਾਂ ਪ੍ਰਸ਼ਾਸਨ ਤੋਂ ਤੁਹਾਨੂੰ ਕੀ ਉਮੀਦ ਆ? ਨਹੀਂ, ਦੇਖੋ, ਪ੍ਰਸ਼ਾਸਨ ਤੋਂ ਉਮੀਦ ਕੋਈ ਨਹੀਂ ਹੈ, ਸਾਨੂੰ ਆਪਣੇ ਸੰਘਰਸ਼ ਤੋਂ ਉਮੀਦ ਬਹੁਤ ਹੈ ਕਿ ਜਦੋਂ ਤੱਕ ਸਾਡੇ ਰੂਹਾਂ ਦੇ ਵਿੱਚ ਜ਼ਮੀਰ ਹੈ, ਜਦੋਂ ਅਸੀਂ ਜਾਗਦੀ ਜ਼ਮੀਰ ਵਾਲੇ ਲੋਕ ਹਾਂ, ਤਾਂ ਹੋ ਸਕਦਾ ਹੈ ਕਿ ਜਾ ਕੇ ਨਤੀਜਾ ਮੇਰੇ ਵੀ ਅਗਲੀ ਪੀੜ੍ਹੀ ਤੱਕ ਮਿਲੇ, ਕਿਉਂਕਿ ਪ੍ਰਸ਼ਾਸਨ ਬਹੁਤ ਮੋਟੀ ਚਮੜੀ ਵਾਲਾ, ਲੀਡਰਾਂ ਦੀ ਚਮੜੀ ਬਹੁਤ ਮੋਟੀ ਆ, ਉਹ ਸੁਣਦੇ ਹੀ ਨਹੀਂ ਗਏ, ਉਹਨਾਂ ਨੇ ਅੱਖਾਂ 'ਤੇ ਪੱਟੀਆਂ ਅਤੇ ਕੰਨਾਂ 'ਚ ਰੂੰ ਦਿੱਤੀ ਆ, ਪਰ ਫਿਰ ਵੀ ਅਸੀਂ ਲੜਨਾ ਸਾਡਾ ਕੰਮ ਹੈ। ਇਸ ਲਈ ਅਸੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ, ਚੰਡੀਗੜ੍ਹ ਦੀ ਬੀਬੀ ਕਰਨ ਖੇਰ ਤੋਂ, ਚੰਡੀਗੜ੍ਹ ਦੇ ਪ੍ਰਸ਼ਾਸਕ ਬੀਪੀ ਸਿੰਘ ਬਦਨੌਰ ਤੋਂ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਸੰਵਿਧਾਨ ਦੇ ਪੰਨੇ ਫਰੋਲੋ, ਸਾਡਾ ਕਾਨੂੰਨੀ ਹੱਕ ਹੈ, ਇਹ ਅਸੀਂ ਹੱਕ ਮੰਗ ਰਹੇ ਹਾਂ, ਕੋਈ ਭੀਖ ਨਹੀਂ ਮੰਗ ਰਹੇ, ਅਤੇ ਜੇਕਰ ਉਹ ਹੱਕ ਸਾਨੂੰ ਇਸ ਤਰ੍ਹਾਂ ਨਹੀਂ ਮਿਲਦਾ ਤਾਂ ਸੰਘਰਸ਼ ਸਾਰਾ ਤਿੱਖਾ ਹੋਏਗਾ, ਕੱਲ੍ਹ ਨੂੰ ਗਵਰਨਰ ਦਾ ਘਰ ਵੀ ਘੇਰ ਸਕਦੇ ਹਾਂ, ਕੱਲ੍ਹ ਨੂੰ ਆਪਣੀ ਕਰਨ ਖੇਰ ਦਾ ਘਰ ਵੀ ਘੇਰ ਸਕਦੇ ਹਾਂ, ਅਤੇ ਲੋੜ ਪਈ ਸਾਨੂੰ ਜੇਲ੍ਹਾਂ 'ਚ ਡੱਕ ਦਿਓ। ਅੱਜ ਕੋਸ਼ਿਸ਼ ਕੀਤੀ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਨੇ ਕਿ ਮਾਈਕ ਖੋਲੀਏ, ਮਾਈਕ ਬੰਦ ਕਰ ਦਈਏ, ਅਸੀਂ ਕਹਿੰਦੇ ਜਾਂ ਮਾਈਕ ਚੱਕ ਕੇ ਲੈ ਜਾਓ ਜਾਂ ਸਾਨੂੰ ਚੱਕ ਕੇ ਲੈ ਜਾਓ, ਪਰ ਇਹ ਆਵਾਜ਼ ਨਹੀਂ ਬੰਦ ਹੋ ਸਕਦੀ। ਲੋਕਾਂ ਤੋਂ ਪਰਸ ਫੜੇ ਜਾਂਦੇ ਆ, ਮਾਰਕੀਟਾਂ ਲੋਕਾਂ ਤੋਂ ਮੋਬਾਈਲ ਫੜੇ ਜਾਂਦੇ ਆ, ਬਜ਼ੁਰਗ ਜੋੜੇ
ਸ਼ਾਇਰ ਕਰਕੇ ਕਤਲ ਕੀਤੇ ਜਾਂਦੇ ਆ, ਇਹਨਾਂ ਦੀਆਂ ਕੋਸ਼ਿਸ਼ਾਂ ਰੋਜ਼ ਕਤਲ ਹੁੰਦੀਆਂ, ਇਹ ਜੱਜਾਂ ਨੂੰ ਸੁੱਤਾ ਪਾ ਦਿੰਦੇ ਆ, ਅੱਜ ਇਹਨਾਂ ਨੂੰ ਜੱਜਾ ਜਾਂ ਕਾਨੂੰਨ ਦੇ ਲੋਕ ਆਖੀ ਅਸੀਂ ਪੰਜਾਬੀ ਨੂੰ ਦਰਜਾ ਦਵਾਉਣ ਦੇ ਲਈ, ਪਹਿਲਾ ਦਰਜਾ ਦਵਾਉਣ ਦੇ ਲਈ ਵਿਸ਼ਾਲ ਧਰਨਾ ਚੱਲ ਰਿਹਾ, ਤੁਹਾਨੂੰ ਲੱਗਦਾ ਕਿ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਨੂੰ ਖਤਰਾ ਹੈ? ਦੇਖੋ, ਕਿਸ ਹਿੰਦੁਸਤਾਨ ਦੀ ਕਿਸੇ ਵੀ ਭਾਸ਼ਾ ਨੂੰ, ਕਿਸੇ ਵੀ ਬੋਲੀ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ। ਖਤਰਾ ਸਿਰਫ ਤੋਂ ਸਿਰਫ ਸਾਡੇ ਦੇਸ਼ ਦੀ ਹਾਕਮਾਂ ਦੀ ਸੋਚ ਤੋਂ ਆ। ਹਿੰਦੁਸਤਾਨ 'ਚ 1653 ਦੇ ਆਸ ਪਾਸ ਭਾਸ਼ਾਵਾਂ ਅਤੇ ਬੋਲੀਆਂ ਬੋਲੀਆਂ ਜਾ ਰਹੀਆਂ ਨੇ, ਲੋਕ ਇੱਕ ਦੂਜੇ ਦੀ ਗੱਲ ਸਮਝਦੇ ਆ। ਹਰ ਭਾਸ਼ਾ ਹਰ ਖਿੱਤੇ ਦੇ ਲੋਕਾਂ ਦੀ, ਉੱਥੋਂ ਦੇ ਭੂਗੋਲਿਕ ਵਾਤਾਵਰਨ ਦੇ ਅਨੁਸਾਰ ਹੁੰਦੀ ਆ। ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ, ਅਸੀਂ ਇਹ ਮੰਗ ਕਰਦੇ ਹਾਂ ਕਿ ਹਰ ਖਿੱਤੇ ਦੇ ਲੋਕਾਂ ਨੂੰ ਉਹਨਾਂ ਦੀ ਆਪਣੀ ਭਾਸ਼ਾ, ਉਹਨਾਂ ਦੇ ਆਪਣੇ ਸੱਭਿਆਚਾਰ ਦੀ ਜਿਹੜੀ ਖੁਦਮੁਖਤਿਆਰੀ ਉਹ ਮੰਨਣ ਦਿਓ। ਅਸੀਂ ਇਹ ਨਹੀਂ ਚਾਹੁੰਦੇ ਕਿ ਭਾਸ਼ਾਵਾਂ ਨਾ ਪੜ੍ਹਾਈਆਂ ਜਾਣ, ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਭਾਸ਼ਾਵਾਂ ਦੇ ਵਿੱਚ ਕੰਪੀਟੈਂਟ ਕੀਤਾ ਜਾਵੇ, ਭਾਸ਼ਾਵਾਂ ਦੇ ਵਿੱਚ ਬੱਚਿਆਂ ਨੂੰ ਮਾਹਰ ਬਣਾਇਆ ਜਾਵੇ। ਸਾਡਾ ਨਾ ਅੰਗਰੇਜ਼ੀ ਨਾ ਹਿੰਦੀ ਨਾਲ ਕਿਸੇ ਦਾ ਕੋਈ ਵਿਰੋਧ ਨਹੀਂ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਬਹੁਭਾਸ਼ੀ ਗਿਆਨ ਹੋਵੇ ਔਰ ਬੱਚਿਆਂ ਨੂੰ ਭਾਸ਼ਾਵਾਂ ਦੇ ਵਿੱਚ ਪਰਪੱਕ ਕੀਤਾ ਜਾਵੇ। ਅੱਜ ਦਾ ਇਹ ਧਰਨਾ ਅਸੀਂ ਮਾਂ ਬੋਲੀ ਪੰਜਾਬੀ ਲਈ ਇਸ ਕਰਕੇ ਦੇ ਰਹੇ ਹਾਂ ਕਿ ਪੰਜਾਬੀ ਪੰਜਾਬ ਦੀ ਪਹਿਲੀ ਭਾਸ਼ਾ ਆ, ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਆ, ਇਸ ਖਿੱਤੇ ਦੇ ਲੋਕਾਂ ਦੀ ਬੋਲੀ ਆ, ਇਸ ਖਿੱਤੇ 'ਚ ਬੋਲੀ ਜਾਣ ਵਾਲੀ ਬੋਲੀ ਆ। ਔਰ ਚੰਡੀਗੜ੍ਹ UT ਜਿਹੜਾ ਹੈ ਇਹ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਔਰ ਅੱਜ ਵੀ ਚੰਡੀਗੜ੍ਹ ਦੀ ਬਹੁ ਗਿਣਤੀ ਪੰਜਾਬੀ ਭਾਸ਼ਾ ਬੋਲਣ ਵਾਲੀ ਆ। ਇਹਨਾਂ ਦਾ ਤਰਕ ਇਹ ਆ ਕਿ ਚੰਡੀਗੜ੍ਹ UT ਹੈ, ਇਹਦੇ 'ਚ ਆਏ ਵੇ IAS ਅਫਸਰਾਂ ਨੂੰ ਪੰਜਾਬੀ ਨਹੀਂ ਆਉਂਦੀ। ਇਹਨਾਂ ਪੁੱਠੇ ਦਿਮਾਗ ਵਾਲਿਆਂ ਨੂੰ ਕੋਈ ਪੁੱਛੇ ਕਿ IAS ਅਫਸਰ ਨੂੰ ਭਾਸ਼ਾ ਸਿੱਖਣੀ ਸੌਖੀ ਆ, ਜਿਹਦੇ ਕੋਲ ਸਹੂਲਤਾਂ ਨੇ, ਜਿਹਦੇ ਕੋਲ ਸਾਧਨ ਨੇ, ਕਿ ਇੱਕ ਰਿਕਸ਼ੇ ਵਾਲੇ ਨੂੰ, ਇੱਕ ਮੋਚੀ ਨੂੰ, ਇੱਕ ਜੁੱਤੀਆਂ ਕੱਢਣ ਵਾਲੇ ਨੂੰ, ਇੱਕ ਕੱਪੜੇ ਸੀਨ ਵਾਲੇ ਨੂੰ, ਉਹ ਬੰਦਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਰੁਜ਼ਗਾਰ ਲਈ ਤੜਫ ਰਿਹਾ ਆ, ਜਿਹੜਾ ਆਪਣਾ ਪਰਿਵਾਰ ਪਾਲ ਰਿਹਾ, ਉਸ ਬੰਦੇ ਨੂੰ ਜਿਹੜਾ ਅਨਪੜ੍ਹ ਆ ਉਹਨੂੰ ਅੰਗਰੇਜ਼ੀ ਸਿੱਖਣੀ ਸੌਖੀ ਆ ਕਿ ਤੁਹਾਡੇ ਅਫਸਰਾਂ ਨੂੰ ਪੰਜਾਬੀ ਸਿੱਖਣੀ ਸੌਖੀ ਆ? ਦੂਜੀ ਗੱਲ, IAS ਕਾਡਰ ਲਈ ਇਹ ਜ਼ਰੂਰੀ ਆ ਕਿ IAS ਕਾਡਰ, ਜਿਹੜਾ ਵੀ ਕਾਡਰ ਚੁਣੇਗਾ ਉਹ ਉਸ ਖਿੱਤੇ ਦੀ ਭਾਸ਼ਾ, ਉੱਥੋਂ ਦੇ ਸੱਭਿਆਚਾਰ ਨੂੰ ਸਮਝੇਗਾ ਤਾਂ ਜੋ ਸਰਕਾਰ ਤੱਕ ਲੋਕਾਂ ਦੀਆਂ ਨੀਤੀਆਂ ਨੂੰ ਲੈ ਕੇ ਜਾ ਸਕੇ। ਸੋ ਅਸੀਂ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀਵਾਨਾਂ ਨੂੰ ਕਹਿ ਰਹੇ ਹਾਂ ਕਿ ਭਾਸ਼ਾ ਦਾ ਮੁੱਦਾ ਅਜਿਹਾ ਮੁੱਦਾ ਹੈ ਜਿੱਥੇ ਸਰਕਾਰ ਦਾ ਕੋਈ ਖਰਚ ਨਹੀਂ ਆਉਂਦਾ। ਸਾਡੇ ਕੋਲ ਅਧਿਆਪਕ ਹੈ, ਬੱਚੇ ਪੰਜਾਬੀ ਪੜ੍ਹ ਰਹੇ ਨੇ, ਪੜ੍ਹਾਉਣ ਵਾਲੇ ਵੀ ਹੈਗੇ ਨੇ, ਅਤੇ ਫਿਰ ਕੀ ਕਾਰਨ ਆ ਕਿ ਅਸੀਂ ਪੰਜਾਬੀ ਵਿੱਚ ਐਪਲੀਕੇਸ਼ਨ ਨਹੀਂ ਦੇ ਸਕਦੇ? ਕੀ ਕਾਰਨ ਆ ਕਿ ਇਹ ਇਸ ਕਿਸਮ ਦੀਆਂ ਮੂਰਖਤਾ ਭਰੀਆਂ ਸ਼ਰਤਾਂ ਲਾ ਦਿੰਦੇ ਨੇ? ਜਿਵੇਂ ਇੱਥੇ ਕੰਡਕਟਰ ਭਰਤੀ ਕਰਦੇ ਸੀ ਤਾਂ ਟੈਸਟ ਅੰਗਰੇਜ਼ੀ ਵਿੱਚ ਹੋਏਗਾ, ਬੱਸਾਂ 'ਚ ਸਫ਼ਰ ਕਰਨ ਵਾਲੇ ਅੰਗਰੇਜ਼ ਨੇ ਇੱਥੇ ਕਿ ਜਿਨ੍ਹਾਂ ਨੇ ਅੰਗਰੇਜ਼ੀ ਵਿੱਚ ਟਿਕਟ ਮੰਗਣਾ? ਜੇ ਬੱਸਾਂ 'ਚ ਸਫ਼ਰ ਕਰਨ ਵਾਲੇ ਪੰਜਾਬ ਦੇ ਲੋਕ ਨੇ, UT ਦੇ ਲੋਕ ਨੇ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ, ਜੇ ਉਹਨਾਂ ਨੂੰ ਟਿਕਟ ਕੱਟ ਕੇ ਦੇਣੀ ਹੈ ਤਾਂ ਅੰਗਰੇਜ਼ੀ 'ਚ ਕੱਟ ਕੇ ਦਿਆਂਗੇ? ਸੋ ਇਸ ਕਿਸਮ ਦੀਆਂ ਹੈਗੀਆਂ ਹਮਾਕਤਾਂ ਇਹ ਸਾਡੀ IAS ਲੌਬੀ ਕਰਾਉਂਦੀ ਆ, ਇਹ ਲੋਕਾਂ ਤੋਂ ਟੁੱਟੇ ਹੋਏ ਨੇ ਅਤੇ ਸਿਰਫ ਸਰਕਾਰਾਂ ਦੇ ਅਧੀਨ ਨੇ, ਸਰਕਾਰਾਂ ਦੀ ਗੱਲ ਸੁਣਦੇ ਆ, ਲੋਕਾਂ ਦੀ ਗੱਲ ਨਹੀਂ ਸੁਣਦੇ। ਪ੍ਰਸ਼ਾਸਨ ਕਦੇ ਵੀ ਕਾਮਯਾਬ ਨਹੀਂ ਹੁੰਦਾ ਜੇ ਲੋਕਾਂ ਦੀ ਗੱਲ ਨਹੀਂ ਸੁਣੇਗਾ। ਪ੍ਰਸ਼ਾਸਨ ਤੋਂ ਤੁਹਾਨੂੰ ਕੀ ਉਮੀਦ ਆ? ਸਾਨੂੰ ਪ੍ਰਸ਼ਾਸਨ ਤੋਂ ਇਹ ਉਮੀਦ ਆ ਕਿ ਪ੍ਰਸ਼ਾਸਨ ਜਾਗੇਗਾ, ਅੱਜ ਨਹੀਂ ਤਾਂ ਪ੍ਰਸ਼ਾਸਨ ਨੂੰ ਕੱਲ੍ਹ ਜਾਗਣਾ ਪਏਗਾ। ਲੋਕ ਹੁਣ ਅਪ ਇਨ ਆਰਮਡ ਨੇ, ਲੋਕ ਹਿੰਦੁਸਤਾਨ ਦੇ ਕੋਨੇ ਕੋਨੇ 'ਚੋਂ ਆਪਣੇ ਹੱਕ ਮੰਗ ਰਹੇ ਨੇ। ਇਹ ਦੂਸਰੀ ਆਜ਼ਾਦੀ ਦੀ ਲੜਾਈ ਹੈ ਜਿਹੜੀ ਲੜੀ ਜਾ ਰਹੀ ਹੈ। ਸਾਰੀਆਂ ਮਾਂ ਬੋਲੀਆਂ ਨੂੰ ਪੜਦਾ ਹੱਕ ਦਿਓ।
ਇੱਥੇ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣੀ ਹੋਈ ਆ। 1966 ਤੋਂ ਇਹਨੂੰ ਯੂਨੀਅਨ ਟੈਰੀਟਰੀ ਬਣਾਤਾ। ਕਿਸੇ ਵੇਲੇ ਪੰਜਾਬ ਦੀ ਰਾਜਧਾਨੀ ਹੁੰਦੀ ਸੀ ਅਤੇ ਇੱਥੇ ਪੰਜਾਬੀ ਦਾ ਬੋਲਬਾਲਾ ਹੁੰਦਾ ਸੀ। ਉਸ ਰੋਸ਼ ਦੇ ਵਿਰੁੱਧ ਕਿ ਹੁਣ ਇਹਨਾਂ ਨੇ ਹਿੰਦੀ ਨੂੰ ਭਾਸ਼ਾ ਬਣਾਇਆ ਆ ਇੱਥੇ ਦਾ ਦਫਤਰੀ ਭਾਸ਼ਾ, ਇਹ ਚਾਹੁੰਦੇ ਆ ਕਿ ਘੱਟੋ ਘੱਟ ਜੇ ਸਾਨੂੰ ਰਾਜਧਾਨੀ ਨਹੀਂ ਦਿੱਤੀ ਤਾਂ ਸਾਡੀ ਭਾਸ਼ਾ ਤਾਂ ਬਚੀ ਰਹਿਣ ਦਿਓ। ਇਸ ਕਰਕੇ ਇੱਥੇ ਪ੍ਰੋਟੈਸਟ ਹੋ ਰਿਹਾ। ਔਰ ਮੇਰਾ ਖਿਆਲ ਹੈ ਕਿ ਅੱਜ ਦੇ ਇਸ ਮੁਜ਼ਾਹਰੇ ਦੇ ਵਿੱਚ ਰੋਸ਼ ਧਰਨੇ ਦੇ ਵਿੱਚ ਕੋਈ ਵੱਡੇ ਫੈਸਲੇ ਲਏ ਜਾਣਗੇ ਤਾਂ ਕਿ ਜਿਹੜੇ ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਮੁਜ਼ਾਹਰਾ ਇੱਥੇ ਕਰ ਰਹੇ ਹਾਂ ਕਿ ਉਸ ਦਾ ਅੱਗੇ ਕੋਈ ਨਾ ਕੋਈ ਨਤੀਜਾ ਨਿਕਲੇ। ਇੱਕ ਮੰਗ ਪੱਤਰ ਵੀ ਕਿਸੇ ਨੂੰ ਦੇਣਾ ਇੱਥੇ? ਬਿਲਕੁਲ, ਮੰਗ ਪੱਤਰ ਦਿੱਤੇ ਜਾਣਗੇ। ਵੈਸੇ ਤਾਂ ਜਦੋਂ ਇੰਨਾ ਮੀਡੀਆ ਦੇ ਵਿੱਚ ਚਲੇ ਜਾਂਦਾ ਮੰਗ ਪੱਤਰ ਦੀ ਕੋਈ ਲੋੜ ਨਹੀਂ, ਤੁਸੀਂ ਵੀ ਇਹ ਸਾਰਾ ਰਿਕਾਰਡ ਕਰ ਦੇਣਾ, ਪਰ ਫਾਰਮਲੀ ਅਸੀਂ ਪਿਛਲੀ ਵਾਰੀ ਗਵਰਨਰ ਨੂੰ ਵੀ ਮਿਲੇ ਸੀ, ਐਤਕੀ ਵੀ ਕੋਈ ਨਾ ਕੋਈ ਮੰਗ ਪੱਤਰ। ਅੱਛਾ, ਕੀ ਉਮੀਦ ਹੈ ਤੁਹਾਨੂੰ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਬਿਲਕੁਲ ਟਸ ਤੋਂ ਮਸ ਹੋਣ ਵਾਲਾ ਨਹੀਂ ਆ। ਉਹ ਤਾਂ ਸਾਡੇ ਆਪਣੇ ਹੀ ਰਾਜਨੀਤਿਕ ਲੋਕ ਹੀ ਬਹੁਤੇ ਜਿਹੜੇ ਆ ਇਸ ਗੱਲ 'ਤੇ ਜਾਗਰੂਕ ਨਹੀਂ ਆ, ਬਹੁਤੇ ਇਸ ਗੱਲ 'ਤੇ ਸਹਿਮਤ ਨਹੀਂ ਹੈਗੇ ਕਿ ਆਪਾਂ ਨੇ ਕਿਹੜੀ ਭਾਸ਼ਾ ਨੂੰ ਬਚਾਉਣਾ। ਉਹ ਤਾਂ ਖੁਦ ਜਦੋਂ ਸਾਡੀਆਂ ਰਾਜਨੀਤਿਕ ਪੰਜਾਬ ਦੀਆਂ ਪਾਰਟੀਆਂ ਇਹ ਗੱਲ ਕਹਿਣਗੀਆਂ ਕਿ ਅਸੀਂ ਜੀ ਪਹਿਲੀ ਤੋਂ ਅਸੀਂ ਅੰਗਰੇਜ਼ੀ ਸਕੂਲਾਂ ਦੇ ਵਿੱਚ 800 ਸਕੂਲ ਕਰਤੇ ਆ, ਹੁਣ 1000 ਕਰ ਦਾਂਗੇ ਲੋਕਾਂ ਨੂੰ ਕੁਝ ਕਰਨ ਲਈ ਵੋਟਾਂ ਬਣਾਉਣ ਲਈ, ਅਤੇ ਤੁਸੀਂ ਬਣਾਓ ਅੰਗਰੇਜ਼ ਉਹ ਕੌਆ ਚੱਲਾ ਹੰਸ ਕੀ ਚਾਲ ਆਖਰ ਬੂਲਾ ਆਪਣੀ ਚਾਲ, ਉਹ ਗੱਲ ਹੋਣੀ ਆ। ਨਾ ਤੁਸੀਂ ਅੰਗਰੇਜ਼ ਬਣ ਸਕਣਾ, ਅੰਗਰੇਜ਼ਾਂ ਨੇ ਤੁਹਾਨੂੰ ਆਪਣਾ ਨਹੀਂ ਮੰਨਣਾ, ਤੁਸੀਂ ਪੰਜਾਬੀਆਂ 'ਚੋਂ ਵੀ ਜਾਣਾ, ਤੁਹਾਨੂੰ ਪੰਜਾਬੀ ਵੀ ਕਿਸੇ ਨੇ ਨਹੀਂ ਮੰਨਣਾ। ਇਹਨਾਂ ਨੂੰ ਅਜੇ ਇਸ ਗੱਲ ਦੀ ਸਮਝ ਨਹੀਂ ਹੈ, ਨਲਾਇਕੀ ਆ ਸਾਡੀਆਂ ਰਾਜਨੀਤਿਕ ਪਾਰਟੀਆਂ ਦੀ। ਮੇਰਾ ਖਿਆਲ ਹੈ ਕਿ ਟਾਈਮ ਆ ਗਿਆ ਆ ਕਿ ਉਹਨਾਂ ਨੂੰ ਇਸ ਗੱਲ 'ਤੇ ਸਾਡੀਆਂ ਪਾਰਟੀਆਂ ਨੂੰ ਵੀ ਰਿਵਿਊ ਕਰਨਾ ਚਾਹੀਦਾ, ਨਹੀਂ ਤਾਂ ਘੱਟੋ ਘੱਟ ਆ ਜਿਹੜੇ ਪੰਜਾਬੀ ਪ੍ਰੇਮੀ ਇੱਥੇ ਜਿਹ 'ਚ ਸਟੂਡੈਂਟ ਹੈਗੇ ਆ, ਸਾਹਿਤਕਾਰ ਹੈਗੇ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੋਕ ਆਏ ਆ, ਸਾਰੀ ਜਗ੍ਹਾ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਆ, ਬਹੁਤ ਸਾਰੀਆਂ ਸਾਹਿਤ ਸਭਾਵਾਂ ਆ, ਇਹ ਸਾਰੇ ਲੋਕ ਰਲ ਕੇ ਇੱਕ ਵੱਡਾ ਹਮਲਾ ਮਾਰਨਗੇ ਔਰ ਇਹਨਾਂ ਪਾਰਟੀਆਂ ਨੂੰ ਵੀ ਥੋੜ੍ਹੀ ਜਿਹਾ ਰਸਤਾ ਜਿਹੜਾ ਸਹੀ ਰਸਤਾ ਦਿਖਾ ਲੈਣ। ਅਮਨ, ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬੀ ਨੂੰ ਪਹਿਲਾ ਦਰਜਾ ਦਿਵਾਉਣ ਦੇ ਲਈ, ਹੋਰ ਕੀ ਮੁੱਖ ਮੰਗਾਂ? ਮੁੱਖ ਮੰਗ ਇਹੀ ਹੈ ਵੀ ਜਦੋਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆਪਾਂ ਮਾਂ ਬੋਲੀ ਚੇਤਨਾ ਮੁਹਿੰਮ ਚਲਾਈ, ਮੇਲਾ ਕੀਤਾ ਸਟੂਡੈਂਟ ਸੈਂਟਰ 'ਤੇ, ਉਹ ਇਸੇ ਲਈ ਵੀ ਅੱਜ ਮਾਂ ਬੋਲੀ ਹੈ ਜਿਹੜੀਆਂ ਲੋਕਾਂ ਨੂੰ ਆਪਣੀਆਂ ਮਾਂ ਬੋਲੀਆਂ 'ਤੇ ਮਾਣ ਵੀ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਅੰਗਰੇਜ਼ੀ ਜਾਂ ਹਿੰਦੀ ਨੂੰ ਆਪਣੀਆਂ ਮਾਂ ਬੋਲੀਆਂ ਤੋਂ ਉੱਤੇ ਦਰਜਾ ਦਿੰਦੇ ਨੇ, ਅਤੇ ਚੰਡੀਗੜ੍ਹ ਦਾ ਆਪਦਾ ਵੱਡਾ ਦੁਖਾਂਤ ਆ ਵੀ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਈ ਹੋਈ ਉਹਨਾਂ ਦੀ ਕਬਰ 'ਤੇ ਇਹ ਧਰਤੀ ਦੇ ਉੱਤੋਂ ਪੰਜਾਬੀ ਪੜ੍ਹਾਈ ਕਰਤੀ, ਸਕੂਲਾਂ 'ਚੋਂ ਇੱਕ ਇੱਕ ਕਰਕੇ ਖਤਮ ਕਰਤੀ, ਬੱਚਿਆਂ ਨੂੰ ਅੱਜ ਪੰਜਾਬੀ ਮਾਧਿਅਮ ਮਿਲਦਾ ਨਹੀਂ ਹੈਗਾ। ਇਸੇ ਕਰਕੇ ਅੱਜ ਇੱਥੇ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨਾ ਦਿੱਤਾ ਜਾ ਰਿਹਾ ਵੀ ਅੱਜ ਕਿਰਨ ਖੇਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਵੀ ਚੰਡੀਗੜ੍ਹ 'ਚ ਪੰਜਾਬੀ ਨੂੰ ਪਹਿਲਾ ਅਤੇ ਪ੍ਰਸ਼ਾਸਕੀ ਦਰਜਾ ਦਿੱਤਾ ਜਾਵੇਗਾ, ਲਾਗੂ ਕੀਤੀ ਜਾਵੇਗੀ, ਉਹ ਆਪਣਾ ਵਾਅਦਾ ਪੂਰਾ ਕਰੇ, ਅਤੇ ਅੱਜ ਅਸੀਂ ਉਹਨਾਂ ਨੂੰ ਇੱਕ ਚੇਤਾਵਨੀ ਦੇਣ ਆਏ ਹਾਂ, ਇੱਥੇ ਮੈਮੋਰੈਂਡਮ ਦੇਣ ਆਏ ਹਾਂ, ਅਤੇ ਜੇ ਇਹ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਸੰਘਰਸ਼ ਵਿੱਢੇ ਜਾਣਗੇ, ਕਿਉਂਕਿ ਇਹ ਪੰਜਾਬ ਦੀ ਰਾਜਧਾਨੀ ਆ, ਇੱਥੇ ਪੰਜਾਬੀ ਦਾ ਦਰਜਾ ਬਣਦਾ ਹੈ, ਅਤੇ ਅਸੀਂ ਨੌਜਵਾਨ, ਅਸੀਂ ਬਜ਼ੁਰਗ, ਅਸੀਂ ਸਾਰੇ ਲੋਕ ਇੱਥੇ ਪੰਜਾਬੀ ਨੂੰ ਉਹਦਾ ਬਣਦਾ ਮਾਨ ਸਤਿਕਾਰ ਆ ਜਿਹੜਾ ਉਹ ਦਵਾ ਕੇ ਜ਼ਰੂਰ ਰਹਾਂ। ਅੱਛਾ, ਅਤੇ ਸਰਕਾਰ ਤੋਂ ਜਾਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਹਾਨੂੰ ਕੀ ਉਮੀਦ ਹੈ? ਚੰਡੀਗੜ੍ਹ ਦੇਖੋ, ਸਰਕਾਰ ਭਾਜਪਾ ਦੀ ਹੈ, ਸਰਕਾਰ ਨੇ ਤਾਂ ਠੋਕ ਵਜਾ ਕੇ ਕਹਿਤਾ ਅਸੀਂ ਤਾਂ ਪੂਰੇ ਦੇਸ਼ 'ਚ ਇੱਕੋ ਭਾਸ਼ਾ ਲਾਗੂ ਕਰਨੀ ਹੈ, ਇੱਕ ਦੇਸ਼ ਇੱਕ ਭਾਸ਼ਾ। ਇਸੇ ਲਈ ਸਰਕਾਰ ਤੋਂ ਤਾਂ ਉਮੀਦਾਂ ਨਹੀਂ, ਲੋਕਾਂ ਤੋਂ ਉਮੀਦਾਂ ਹੈਗੀਆਂ ਨੇ ਵੀ ਜਿਹੜੇ ਲੋਕ ਨੇ ਉਹ ਇਤਿਹਾਸ ਦੇ ਵਰਕੇ ਇਤਿਹਾਸ ਨੂੰ ਮੋੜ ਦੇਣਾ ਜਾਣਦੇ ਹੁੰਦੇ ਨੇ, ਜਿਵੇਂ ਪੂਰੇ ਦੇਸ਼ ਦੇ ਵਿੱਚ ਅੱਜ ਇੱਕ ਲੋਕਾਂ ਨੇ ਰੋਹ ਭੜਕਿਆ ਹੋਇਆ ਵਾ ਸਰਕਾਰ ਦੇ ਫਿਰਕੂ ਨੀਤੀਆਂ ਦੇ ਖਿਲਾਫ, ਉਸੇ ਤਰ੍ਹਾਂ ਇਹਦਾ ਵੀ ਇੱਕ ਦੇਸ਼ ਇੱਕ ਭਾਸ਼ਾ ਇੱਕ ਧਰਮ ਇਹ ਸਾਰੇ ਨਾਰੇ ਦਾ ਵਿਰੋਧ ਕਰਨ ਦੀ ਲੋੜ ਆ, ਅਤੇ ਭਾਸ਼ਾ ਨੂੰ ਇੱਕ ਬਹੁਤ ਜ਼ਰੂਰੀ ਸੰਦ ਆ ਜਿਹੜਾ ਇਹ ਸਰਕਾਰ ਇਸਤੇਮਾਲ ਵਰਤਦੀ ਹੁੰਦੀ ਆ, ਇਹਦਾ ਵੀ ਵਿਰੋਧ ਕਰਦੇ ਹੋਏ ਅੱਜ ਲੋਕ ਨੇ ਜਿਹੜੇ ਜਿਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾਗਣਾ ਅਤੇ ਸਰਕਾਰ ਦੇ ਬੋਲੇ ਕੰਨਾਂ ਤੱਕ ਇਹਨਾਂ ਨੂੰ ਲੈ ਕੇ ਜਾਣਾ ਅਤੇ ਲੜ ਕੇ ਆਪਣਾ ਜਿਹੜੇ ਹੱਕ ਨੇ ਉਹਨਾਂ ਨੂੰ ਲੈਣਾ। ਚੰਡੀਗੜ੍ਹ ਸੀ ਜਿਹੜਾ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ, ਅਤੇ ਹੁਣ ਵੀ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਬਾਦੀ ਆ ਇੱਥੇ ਇਹ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਆਬਾਦੀ ਆ, ਅਤੇ ਦੂਜੀ ਗੱਲ ਇਹ ਹੈ ਕਿ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਉਹ ਏਰੀਆ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਨੇ, ਇੱਥੋਂ ਦੇ ਜਿਹੜੇ MP ਦੀ ਇਲੈਕਸ਼ਨ ਲੜਦੇ ਨੇ ਉਹ ਵੀ ਇਹ ਬਾਅਦ
ਵਾਅਦਾ ਕਰਦੇ ਨੇ ਕਿ ਅਸੀਂ ਇਸ ਚੰਡੀਗੜ੍ਹ 'ਚ ਪੰਜਾਬੀ ਲਾਗੂ ਕਰਾਂਗੇ। ਸਾਡਾ ਭਾਰਤੀ ਸੰਵਿਧਾਨ ਵੀ ਕਹਿ ਰਿਹਾ ਕਿ ਜਿਹੜਾ ਕੋਈ ਵੀ ਸਟੇਟ ਆ ਯੂਟੀ ਆ ਉੱਥੇ ਦੇ ਜਿਹੜੇ ਲੋਕ ਨੇ ਜਿਹੜੀ ਉਹਨਾਂ ਦੀ ਭਾਸ਼ਾ ਉਹ ਉਹਨਾਂ ਦੀ ਲੋਕਲ ਭਾਸ਼ਾ ਹੋਵੇ। ਅਤੇ ਦੂਜਾ ਜਿਹੜਾ ਜਿੱਦਾਂ ਕੋਰਟ ਦੀ ਅਦਾਲਤੀ ਭਾਸ਼ਾ ਜਿਹੜਾ ਸੈਕਸ਼ਨ 7 ਆ ਇੰਡੀਅਨ ਲੈਂਗੁਏਜ ਐਕਟ ਦਾ ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਉਹ ਸਟੇਟ ਦੇ ਵਿੱਚ ਗਵਰਨਰ ਆ ਜਿਹੜਾ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਦੀ ਸਲਾਹ ਦੇ ਨਾਲ ਉੱਥੇ ਪੰਜਾਬੀ ਭਾਸ਼ਾ ਨੂੰ ਲਾਗੂ ਜੋ ਵੀ ਭਾਸ਼ਾ ਹੈਗੀ ਕਿਸੇ ਸਟੇਟ ਦੀ ਲਾਗੂ ਕਰ ਸਕਦਾ। ਇਸ ਲਈ ਅੱਜ ਸਾਰੇ ਇੱਥੇ ਵਿਦਿਆਰਥੀ ਵੀ ਇਕੱਠੇ ਹੋਏ ਨੇ ਅਤੇ ਜਿਹੜੇ ਇੱਥੇ ਚੰਡੀਗੜ੍ਹ ਦੇ ਜਿਹੜੇ ਪਿੰਡ ਨੇ ਜਿੱਦਾਂ ਹਲੋ ਮਾਜਰਾ ਸਾਰੰਗਪੁਰ ਉਹ ਸਾਰੇ ਇਕੱਠੇ ਹੋ ਕੇ ਇਹ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕੀਤੀ ਜਾਵੇ। ਅੱਛਾ, ਸੰਘਰਸ਼ ਨੂੰ ਕਿੱਥੋਂ ਤੱਕ ਲਿਆਉਣ ਦਾ ਤੁਹਾਡਾ ਇਰਾਦਾ ਹੈ? ਇਹ ਇੱਦਾਂ ਜੀ ਸਾਰੀਆਂ ਜਥੇਬੰਦੀਆਂ ਡਿਸਾਈਡ ਕਰਨਗੀਆਂ, ਜਿਵੇਂ ਇੱਥੇ ਦੇ ਲੋਕਲ ਲੋਕ ਨੇ ਜਾਂ ਫਿਰ ਸਟੂਡੈਂਟ ਨੇ ਸਾਰੇ, ਜਦੋਂ ਤੱਕ ਪੰਜਾਬੀ ਭਾਸ਼ਾ ਇੱਥੇ ਲਾਗੂ ਨਹੀਂ ਹੁੰਦੀ ਉਦੋਂ ਤੱਕ ਇਹ ਸੰਘਰਸ਼ ਕੀਤਾ ਜਾ ਸਕਦਾ। ਇਸ ਇਕੱਠ ਨੂੰ ਆਪਾਂ ਵਧਾਈਏ, ਹੋਰ ਵੱਡਾ ਕਰੀਏ। ਇਹ ਇੱਕ
ਅਸੀਂ ਹੋਰ ਇਸ ਸੰਘਰਸ਼ ਨੂੰ ਵੱਡਾ ਬਣਾਉਣ ਦਾ ਜਿਹੜਾ ਤਹੀਆ ਉਹ ਕਰਦੇ ਹਾਂ ਤੇ ਨਾਲ ਦੀ ਨਾਲ ਸਾਨੂੰ ਇਹ ਲੱਗਦਾ ਵੀ ਕਈ ਲੋਕ ਥੋੜੇ ਜਿਹੇ ਨਾਰਾਜ਼ ਹੋ ਜਾਂਦੇ ਆ ਇਸ ਚੀਜ਼ ਨੂੰ ਲੈ ਕੇ ਪਰ ਸਾਨੂੰ ਇਹ ਲੱਗਦਾ ਵੀ ਇਹ ਮਸਲਾ ਤਾਂ ਹਜੇ ਉੱਠਣਾ ਹੁਣ ਸ਼ੁਰੂ ਹੋਇਆ ਆ। ਸਮੇਂ ਤੱਕ ਭਾਰਤ ਦੇ ਵਿੱਚ ਰੋਸ ਵਧਿਆ, ਇੱਥੇ ਵੀ ਰੋਸ ਆਉਣ ਵਾਲੇ ਸਮੇਂ ਦੇ ਵਿੱਚ ਵਧਣਾ ਆ। ਇਹ ਲੋਕਾਂ ਦੇ ਸੰਘਰਸ਼ਾਂ ਦੇ ਜਿਹੜੇ ਪੂਰ ਆ ਹਜੇ ਹੋਰ ਪੱਕੜੇ ਆ, ਇਹ ਲੋਕਾਂ ਦੇ ਸੰਘਰਸ਼ਾਂ ਦੇ ਪਿੜ ਮੰਨਣੇ ਆ। ਜਾਂਦੇ ਜਾਂਦੇ ਮੈਂ ਸਮਾਂ ਘਾਟਾ ਕਿ ਜੋ ਇੱਕ ਸਾਡੇ ਮੇਰੇ ਪਿਆਰ ਦੇ ਸਹਿਮ ਦੀਆਂ ਜਿਹੜੀਆਂ ਦੋ ਲੈਣਾ ਕਿਹਦਾ ਹੋਇਆ ਇੱਕ ਆਮ ਦੀ ਜਿਹੜੀ ਗੱਲ ਆ ਉਹ ਮੁਕਾਉਣੀ ਚਾਹੂੰਗਾ ਕਿ ਲੈਣ ਮੈਚਾਂ ਦੇ ਨਾਲ ਅਡਾਰੀਆਂ ਜੋ ਲੈਣ ਮੈਚਾਂ ਦੇ ਨਾਲ ਅਡਾਰੀਆਂ ਉਹ ਗੁਰਦੁਆਰਾ ਥੱਕ ਮਰਿੰਦੀਆਂ ਨੇ, ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਉਹਨਾਂ ਕਿਰਨੀਆਂ ਦੀ ਉਮਰ ਹੋ ਚੁੱਕੀ ਜੋ ਪਾਣੀ ਸ਼ੇਰ ਸ਼ੇਰ ਦੀ ਚੂਹ ਚੋਂ ਭਰਦੀਆਂ ਨੇ। ਇਸ ਦੇ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਗਿਣ ਕੇ ਭਾਜਪਾ ਕੂਮਤ ਚਾਹੇ ਜਿਹੜੀ ਨੂਤਨ ਰਾਜ ਕਰ ਰਹੀ ਆ ਕਿ ਇਹ ਆਪਦਾ ਦਿੱਤਾ ਹੋਇਆ ਵਾਅਦਾ ਦਿੱਤੀ ਹੋਈ ਜਵਾਨ ਆ ਇਹਨੂੰ ਪੂਰਾ ਕਰੇ, ਨਹੀਂ ਤਾਂ ਮੰਚ ਵੱਲੋਂ ਨੌਜਵਾਨਾਂ ਵੱਲੋਂ ਏਦੂ ਵੱਡਾ ਇਕੱਠ ਕਰਕੇ ਏਦੂ ਅਗਲੇ ਐਕਸ਼ਨ ਦਾ ਜਿਹੜਾ ਐਲਾਨ ਆ ਏਦੂ ਟਿੱਕੇ ਦੇ ਸੰਘਰਸ਼ ਦਾ ਐਲਾਨ ਆ ਉਹ ਅਸੀਂ ਵਿੱਢਾਂਗੇ ਤੇ ਇਹ ਮਸਲਾ ਅਸੀਂ ਹੱਲ ਕਰਵਾ ਕੇ ਰਹਾਂਗੇ।